शिवसेना हिंद के राष्ट्रीय प्रधान निशांत शर्मा ने हुण नाके लाने भी शुरू कर दिते ने। जेकर निशांत शर्मा की मनीए तो गो रक्षा सेवा दल के नाल मिलके उन्होंने पूरे पंजाब वक्-वक् थां ते रात नूं नाके लाने शुरू किए ने। इन्हां नाक्यां दा नतीजा कि उन्होंने गोतां नाल भरिया एक ट्रक काबू किया। हालांकि ट्रक चालक मौके तो फरार हो गए, पर शिवसेना हिंद के राष्ट्रीय प्रधान निशांत शर्मा तो गो रक्षा सेवा दल का दावा है कि यह गोतां वढ़न वास्ते लिजाया जा रहा है, जिन्हां नूं इन्हां ने नाका ला के काबू कर लिया। तो इस तों बाद नाभा पुलिस से हवाले कर दिता। फिलहाल पुलिस पड़ताल कर रही है कि आखिरकार इस ट्रक के मालक कौन थे, पर शिवसेना हिंद के निशांत शर्मा की मनीए तो उन्होंने कहना है कि जिहे नाके पूरे पंजाब च लाए जा रहे ने ते लगातार लाए जाणगे, क्योंकि गोतां दी तस्करी नूं रोकना हुण इन्हां दा मुख मकसद बन चुकिया है। तुसीं आप ही सुन लवो की कह रहे ने शिवसेना हिंद के राष्ट्रीय प्रधान निशांत शर्मा ते पुलिस का की कहना है। दैनिक मेल पंजाबी टीवी दे लई नाभा तों सुखचैन सिंह दी रिपोर्ट। इदा जी साड़ी शिवसेना हिंद ते गौ रक्षा दल की टीम नूं बीते तीन चार दिन तो इनफॉर्मेशन सी कि इदा ट्रक भरे जाने आ। असी पंजाब के अलग अलग शहरों नाकाबंदी की सी, साडे संदीप रामपुरा तो ते हनी पातड़ा तो इन्होंने नाका लाया सी नाभा रोड के उपर, जिहड़ा गौ तुंदा भरिया होया 15 नंदी सीगे जिहदे च ट्रक आ रहा सी। असी अगे खड़े सीगे, जिहड़े नंदी ने जिहड़े ट्रक ड्राइवर सी साडीआं गड्डीआं नूं साइड मारन की कोशिश की है। जे एंड के वाली साइड साडी इनफॉर्मेशन सानूं कि इधरले साइड जिहड़ीआं गड्डीआं जांदीआं ने जे एंड के जांदीआं ने, ते उह ट्रक असी फड़िया जी ते 15 नंदी फड़े जिन्हां दी अखां दे विच हरियां मिर्चां ते अदरक पाया सी ताकि उह अंधे रहण, बहुत बुरी हालत दे विच सीगे जी। इस तों इलावा शिवसेना हिंद ते गौ रक्षा दल जिहड़ा 50 दे लगभग ट्रक अगे फड़ चुके हां असी, ते हनी जी ते संदीप जी 50 तों ज़्यादा 100-150 ट्रक असी फड़ चुके हां। ਤੁਸੀਂ ਕਹਿ ਰਹੇ ਹੋ ਵੀ ਫੜ ਚੁੱਕੇ ਹੋ, ਜੇ ਪੰਜਾਬ ਵਿੱਚ ਅਵਾਰਾ ਪਸ਼ੂ ਇੰਨੇ ਫਿਰਦੇ ਨੇ, ਐਕਸੀਡੈਂਟ ਹੋ ਰਹੇ ਨੇ, ਉਹਨਾਂ ਵਾਸਤੇ ਕਿਉਂ ਨਹੀਂ ਕੁਛ ਕਰ ਰਹੇ? ਅਵਾਰਾ ਜਿਹੜੇ ਸਾਡੇ ਵੱਲੋਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ 'ਚ ਰਿਟ ਪਾਈ ਹੋਈ ਹੈ ਕਿ ਸ਼ਿਵਾਲਿਕ ਦੀਆਂ ਜਿਹੜੀਆਂ ਪਹਾੜਾਂ ਦੇ 70-80 ਕਿਲੋਮੀਟਰ ਦਾ ਰਕਬਾ ਜਿਹੜਾ ਹੈਗਾ ਉਹ 'ਚ ਨਜ਼ਰ ਤਾਰਬੰਦੀ ਕਰਕੇ, ਕਿਉਂਕਿ ਗਊਸ਼ਾਲਾ ਦਾ ਹੱਲ ਨਹੀਂ ਹੈ, ਗਊਸ਼ਾਲਾ 'ਚ ਜਗ੍ਹਾ 'ਚ ਘੱਟ ਨੇ, ਫੰਡ ਨਹੀਂ ਹੈ ਉਹਦੇ 'ਚ, ਪੱਠਿਆਂ ਦੀ ਕੋਈ ਪ੍ਰੋਬਲਮ ਨਹੀਂ ਕਿ ਕੋਈ ਜੰਗਲ ਭਰਿਆ ਹੋਇਆ, ਸਿਰਫ ਉੱਥੇ ਜਲ ਦੀ ਪ੍ਰੋਬਲਮ ਆ, ਉਹ ਵੀ ਤਲਾਬ ਵਿੱਚ ਬਣੇ ਹੋਏ ਨੇ। ਅਤੇ ਅਸੀਂ ਰਿਟ ਪਾਈ ਉਹਦੇ 'ਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ, ਮਾਰਚ ਦੀ ਡੇਟ ਪਈ ਹੋਈ ਹੈ ਸ਼ਿਵਸੈਨਾ ਹਿੰਦ ਵੱਲੋਂ, ਮੇਰੇ ਵੱਲੋਂ ਨਿਸ਼ਾਂਤ ਸ਼ਰਮਾ ਵੱਲੋਂ ਰਿਟ ਪਾਈ ਹੋਈ ਹੈ। ਪੰਜਾਬ ਵਿੱਚ ਅਵਾਰਾ ਪਸ਼ੂ ਜਿਹੜੇ ਖਾਣ ਨੂੰ ਕੁਛ ਨਹੀਂ, ਗੰਦੇ ਰੂੜੀਆਂ ਅਤੇ ਉਹ ਵੀ ਗੰਦ ਮੰਦ। ਦੇਖੋ ਜਿੰਨੀ ਕੁ ਸਾਡੀ ਸ਼ਮਤਾ ਆ, ਅਸੀਂ ਆਪਣੇ ਆਪਣੇ ਸੰਗਠਨਾਂ ਦੇ ਹਿਸਾਬ ਨਾਲ ਗਊਸ਼ਾਲਾ ਵੀ ਚਲਾ ਰਹੇ ਹਾਂ, ਜਿੰਨੀ ਸਾਡੀ ਸ਼ਮਤਾ ਆ ਸਾਨੂੰ ਜਿੱਥੇ ਬੂਚੜਾਂ ਨੂੰ ਕੱਟਣ ਲਈ ਜਾ ਰਹੀਆਂ ਰੋਕਦੇ ਵੀ ਹਾਂ। ਗਊ ਧਨ ਕਿੱਥੋਂ ਆਉਂਦਾ ਹੈ? ਪਿੰਡਾਂ ਦੇ ਵਿੱਚ ਲੋਕ ਦੁੱਧ ਲੈ ਲੈਂਦੇ ਆ, ਦੁੱਧ ਲੈਣ ਤੋਂ ਬਾਅਦ ਜ਼ਿਆਦਾਤਰ ਸਾਰਿਆਂ ਨੂੰ ਨਹੀਂ ਕਹਿੰਦਾ, ਕੁਛ ਲੋਕ ਜਿਹੜੇ ਛੱਡ ਦਿੰਦੇ ਆ, ਉਹਦੇ ਕਰਕੇ ਪ੍ਰੋਬਲਮ ਆਉਂਦੀ ਹੈ, ਐਕਸੀਡੈਂਟ ਵੀ ਹੁੰਦੇ ਆ, ਮਨੁੱਖੀ ਜਾਨਾਂ ਵੀ ਜਾਂਦੀਆਂ ਨੇ। ਇਹਦੇ ਬਾਰੇ ਸਰਕਾਰਾਂ ਨੂੰ ਅਸੀਂ ਗੋ ਸੈਕਸ ਦਿੰਦੇ ਹਾਂ, ਵੱਡੇ ਸਤਰ 'ਤੇ ਗੋ ਸੈਕਸ ਆ ਰਿਹਾ ਪਰ ਯੂਜ਼ ਨਹੀਂ ਹੋ ਰਿਹਾ, ਉਹਦੇ ਵਾਸਤੇ ਅਸੀਂ ਪੱਤਰਾਚਾਰ ਜਿਹੜਾ ਸਰਕਾਰ ਨਾਲ ਲਗਾਤਾਰ ਕਰ ਰਹੇ ਹਾਂ। ਹੁਣ ਕਿੰਨੇ ਕੁ ਤੁਸੀਂ ਫੜ ਚੁੱਕੇ ਹੋ ਹੁਣ ਤੱਕ ਜਿਹੜੇ? ਮੇਰੇ ਆਪਣੇ ਵੱਲੋਂ 40-50 ਟਰੱਕ ਫੜੇ ਗਏ ਨੇ, ਸਾਡੇ ਸੰਗਠਨ ਵੱਲੋਂ 70-100 ਟਰੱਕ ਫੜਿਆ ਚੁੱਕਾ ਜੀ। ਹੁਣ ਮਾਮਲਾ ਦਰਜ ਕਰ ਦਿੱਤਾ? ਹਾਂਜੀ, ਮੁਕੱਦਮਾ ਦਰਜ ਹੋ ਰਿਹਾ ਜੀ। ਸਾਡੀ ਡਿਮਾਂਡ ਆ ਜੀ ਕਿ ਜੇ ਪੰਜਾਬ ਸਰਕਾਰ ਜਿਵੇਂ ਲਗਾਤਾਰ ਕਾਨੂੰਨ ਬਣਾਉਂਦੀ ਆ ਰਹੀ ਹੈ, ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਾਏ ਕਿ ਗਊ ਤਸਕਰੀ ਅਤੇ ਗਊ ਹੱਤਿਆ ਨੂੰ 302 ਦਾ ਮੁਕੱਦਮਾ ਦਰਜ ਹੋਵੇ, ਤਾਂ ਕਿ ਘੱਟੋ ਘੱਟ ਪੰਜਾਬ ਦੇ ਵਿੱਚ ਕੋਈ ਹਿੰਮਤ ਨਾ ਕਰ ਸਕੇ ਗਊ ਤਸਕਰੀ ਕਰਨ ਦੀ। ਇਨਫੋਰਮੇਸ਼ਨ ਆਈ ਸੀ ਜਿਹੜੇ ਗਊ ਰੱਖਿਆ ਦਲ ਦੇ ਕਾਰਕੁਨ ਇਸ ਕੰਮ 'ਚ ਲੱਗੇ ਹੁੰਦੇ ਨੇ, ਉਹਨਾਂ ਨੇ ਦੱਸਿਆ ਸੀਗਾ ਕਿ ਇੱਕ ਟਰਾਲਾ ਜਿਹਦੇ 'ਚ ਗਊ ਧਨ ਸਸਪੈਕਟਡ ਹੈ, ਤਾਂ ਅਸੀਂ ਤੁਰੰਤ ਇੱਥੋਂ ਪੁਲਿਸ ਪਾਰਟੀ ਭੇਜੀ ਅਤੇ ਇਨ ਦਾ ਮੇਨ ਟਾਈਮ ਉੱਥੇ ਇਹਨਾਂ ਦੇ ਸਾਡੇ ਪਹੁੰਚਣ ਤੋਂ ਪਹਿਲਾਂ ਜਿਹੜਾ ਟਰੱਕ ਰੋਕ ਕੇ ਅਤੇ ਜਿਹੜਾ ਚਾਲਕ ਸੀ ਅਤੇ ਇਹਦਾ ਕੋ ਚਾਲਕ ਜਿਹੜਾ ਸਹਾਇਕ ਚਾਲਕ ਸੀਗਾ ਉੱਥੋਂ ਚਲੇ ਭੱਜ ਗਏ ਸੀਗੇ ਇਹਨਾਂ ਨੂੰ ਦੇਖ ਕੇ। ਅਤੇ ਜਦੋਂ ਟਰੱਕ ਦੀ ਤਲਾਸ਼ੀ ਲਿੱਤੀ ਤਾਂ ਉਹਦੇ ਤੋਂ 15 ਦੇ ਕਰੀਬ ਹੈ ਜਿਹੜਾ ਗਊ ਧਨ ਉਹਦੇ 'ਚੋਂ ਰਿਕਵਰ ਹੋਇਆ, ਜਿਹਨਾਂ ਨੂੰ ਬੜਾ ਬੇਰਹਿਮੀ ਨਾਲ ਤੋੜ ਕੇ ਵਿੱਚ ਭਰਿਆ ਹੋਇਆ ਸੀਗਾ। ਅਤੇ ਇਸ ਸੰਬੰਧੀ ਸੰਦੀਪ ਨਾਮ ਦੇ ਵਿਅਕਤੀ ਨੇ ਇੱਕ ਸਟੇਟਮੈਂਟ ਲਿਖੀ ਹੈ, ਉਹਦੇ ਬਿਆਨ 'ਤੇ ਅਸੀਂ FIR ਦਰਜ ਕਰ ਰਹੇ ਹਾਂ। ਬੰਦੇ ਕਿੰਨੇ ਸੀ ਜਿਹੜੇ ਭੱਜੇ? ਇਹਨਾਂ ਦੱਸਿਆ ਕਿ 2 ਜਣੇ ਸੀਗੇ ਅਤੇ ਬਾਕੀ
ਗੱਡੀ ਕਬਜ਼ੇ 'ਚ ਲੈ ਲਈ ਹੈ। ਉਹਦਾ ਨੰਬਰ ਅਸੀਂ ਤਸਦੀਕ ਕਰਾ ਕੇ ਅਤੇ ਜਿਹੜੇ ਵੀ ਇਹਦੇ ਮਾਲਕ ਹੋਣਗੇ ਜਾਂ ਜਿਹੜੇ ਵੀ ਕਸੂਰਵਾਰ ਹੋਣਗੇ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ। ਪਤਾ ਲੱਗਾ ਜੀ ਕਿੱਥੋਂ ਲੈ ਕੇ ਕਿੱਥੇ ਲੈ ਕੇ ਜਾ? ਨਹੀਂ, ਇੰਨਾ ਕੁਛ ਨਹੀਂ ਪਤਾ ਲੱਗਾ, ਯੂਪੀ ਨੰਬਰ ਦੀ ਗੱਡੀ ਹੈ ਅਤੇ ਬਾਕੀ ਦੋਸ਼ੀ ਗ੍ਰਿਫਤਾਰ ਹੋਣ 'ਤੇ ਹੀ ਸਾਰੀ ਗੱਲ ਤਸਦੀਕ ਹੋਏਗੀ। ਇਹਦੇ 'ਤੇ ਇਹਨਾਂ ਦੇ ਬਿਆਨਾਂ ਦੇ ਆਧਾਰ 'ਤੇ ਜਿਹੜਾ ਆਪਾਂ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਅਮਲ ਵਿੱਚ ਲਿਆ ਰਹੇ ਹਾਂ। ਕਿਹੜੇ ਐਕਟ ਦੇ ਧਾਰਾ ਦੇ ਤਹਿਤ ਜਿਹੜਾ ਹਮਾ ਮਾਮਲਾ ਦਰਜ? ਇਹ ਐਨੀਮਲ ਕ੍ਰੂਅਲਟੀ ਐਕਟ ਦੇ ਤਹਿਤ ਮਾਮਲਾ। ਗੱਡੀ ਦਾ ਨੰਬਰ ਕਿੱਥੇ ਦਾ ਸੀਗਾ? ਗੱਡੀ ਦਾ ਨੰਬਰ ਯੂਪੀ ਦਾ ਨੰਬਰ 5457 ਗੱਡੀ ਦਾ ਨੰਬਰ ਹੈਗਾ, ਉਹਨੂੰ ਅਸੀਂ ਕਬਜ਼ੇ 'ਚ ਲੈ ਗਏ। ਧੋਖਾ ਨਹੀਂ ਪੱਕਾ ਵਾਦਾ, ਪਹਿਲਾਂ ਕੋਲ ਫੀਸ ਨਹੀਂ, ਦੁਖੀ ਭੈਣ ਭਰਾਵਾਂ ਦੇ ਹਮਦਰ ਆਚਾਰੇ ਪ੍ਰਵੀਨ ਜੋਸ਼ੀ। ਤਕਦੀਰ ਕਦੋਂ ਬਦਲੇਗੀ? ਸੱਚਾ ਪਿਆਰ ਮਿਲੇਗਾ ਜਾਂ ਨਹੀਂ? ਲਾਟਰੀ ਤੇ ਤਨ ਮਿਲੇਗਾ ਜਾਂ ਨਹੀਂ? ਸੱਚਾਈ ਜਾਣੋ। ਪਿਆਰ ਚ ਧੋਖਾ, ਖੋਇਆ ਪਿਆਰ ਵਾਪਸ ਪਾਣਾ, ਪਤੀ ਪਤਨੀ ਪ੍ਰੇਮੀ ਪ੍ਰੇਮ ਕਰ ਝਗੜਾ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਇਮੀਗ੍ਰੇਸ਼ਨ ਮਾਮਲੇ, ਗੁਪਤ ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਆਪਣੇ ਬਸ ਚ ਕਰੋ, ਲਾਟਰੀ ਨੰਬਰ ਵੀ ਪਾਓ, ਭਾਵੇਂ ਲੋਟੋ ਮੈਕਸ ਹੋਵੇ ਜਾਂ 649। ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮ ਕਾ, ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਸੰਪਰਕ ਕਰੋ ਆਚਾਰਿਆ ਪ੍ਰਵੀਨ ਜੋਸ਼ੀ। ਪੰਡਿਤ ਐਮ ਕੇ ਸ਼ਰਮਾ, ਫੀਸ ਨਹੀਂ ਇਨਾਮ ਲਵਾਂਗਾ, ਧੋਖਾ ਨਹੀਂ ਕੰਮ ਕਰਾਂਗਾ, ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ, ਪੰਡਿਤ ਮੌਲਵੀ ਤੋਂ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਜ਼ਰੂਰ ਅਜ਼ਮਾਓ, ਪੰਡਿਤ ਐਮ ਕੇ ਸ਼ਰਮਾ, ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ 'ਚ ਰੁਕਾਵਟ, ਮਾਤਾ ਪਿਤਾ ਨੂੰ ਮਨਾਉਣਾ, ਇੱਕ ਵਾਰ ਮਿਲਾਓ ਫੋਨ ਤੇ ਜ਼ਰੂਰ ਅਜ਼ਮਾਓ ਆਪਣੀ ਕਿਸਮਤ, ਕਰੋ ਸੰਪਰਕ 97793995956।